हेलो पत्थर, ये नहीं उठ रही। मैं जानना हूँ मनप्रीत। पुत उठ, दिन चढ़ गया। किन्ना मनजोत उठ गया, तू ही उठ जा। सुनी नहीं आवाज। मनप्रीत उठ पुत, दिन चढ़ गया वा, तो चाह बनाई है मैं, तो उठ के पियो। मम्मी मैंने भी बड़ा चाव। पुत की आखन डे तू, मैं तेन अपनी चाह बनाई, चाह पी ला उठ के। तो मैं भी ओही कह, मेनू भी बड़ा चाव वा। है की आखन डे आ? तीन चलो मैं आ गई। चल आ जा। ठीक। शुक्र वा रब्बा तेरी घड़ी नूं, मेरा पुत व्याह गया भोला जिहा ही। किन्नी सोहनी वोटी आ, मैनू बड़ी खुशी हुई है। किन्नी सोहनी वोटी। अज ते इत्थे चाह पानी मिल गई है, ओते ते मम्मी मेरे को बनांदी रहिंदी सी। ते ये मम्मी ने ते चाह भी बनांदी झाटी। ਮੰਮੀ ਮੇਰੀ ਵੋਤੀ ਕਿੱਥੇ ਗਈ ਆ? ਉਹ ਚਾਹ ਬਣਾਉਣ ਦੇ ਆ। ਮੈਂ ਚਾਹ ਬਣਾਉਣ ਦੇ ਤੇ ਕਹਿੰਦੀ ਮੈਂ ਲੈ ਕੇ ਆਉਣੀ ਚਾਹ। ਤੂੰ ਕੰਮ ਤੇ ਲਾ ਜੇ ਤਾਂ ਨਾ। ਕੋਈ ਨਹੀਂ ਪੁੱਤ, ਤੀਆਂ ਨੂੰ ਕੰਮ ਤੇ ਲਾਈ ਦਿਆਂ। ਉਹਨੇ ਗੁੱਤਾ ਗੱਲਾਂ ਨਹੀਂ ਹੋ। ਨਹੀਂ ਕਰਦੀ ਗੁੱਸਾ, ਉਹਨੇ ਵੀ ਮੁਕਵਾਇਆ। ਚਲੋ ਆ ਦੀ ਹੋਈ। ਆ ਲਓ ਗਰਮ ਗਰਮ ਚਾਹ ਪੀ ਲਓ। ਮੈਂ ਮੇਰੀ ਬੀਬੀ ਤੀ ਕਿਹਦੀ ਖੁਸ਼ ਦੇ ਲਈ ਹੋ, ਚਾਹ ਲੈ ਕੇ ਆਈ ਹੋ। ਮੰਮੀ ਮੇਰੀ ਵੋਤੀ ਬਈ ਸੋਈ ਆ। ਪੁੱਤ ਮੈਂ ਜੰਗਾ ਲਾ ਦੀ, ਕਾਲਾ ਟਿੱਕਾ ਲਾ। ਮੰਮੀ ਮੈਂ ਤੇ ਠੀਕ ਠਾਕ ਆ, ਮੈਨੂੰ ਕੋਈ ਟੀਕਾ ਲਾਉਣਾ ਵਾ? ਨਹੀਂ ਪੁੱਤ, ਕਾਲਾ ਟਿੱਕਾ ਲਾਉਣਾ ਵਾ, ਟੀਕਾ ਨਹੀਂ ਲਾਉਣਾ। ਕੀ ਕਹਿੰਦੀ ਐ? ਟਿੱਕਾ ਲਾਉਣਾ ਦਿੱਤਾ ਤੇ ਮੈਨੂੰ ਕਿਉਂ ਟੀਕਾ ਲਾਉਣਾ? ਮੈਂ ਤੇ ਠੀਕ ਠਾਕ ਹਾਂ, ਚੰਗੀ ਭਲੀ। ਮੰਮੀ ਲੱਗਦਾ ਮੁੱਕੀ ਦੁੰਦਾ ਹੀ ਹੋ। ਪੁੱਤ ਲੱਗਦਾ ਥੋੜਾ ਜਿਹਾ ਮੈਨੂੰ ਹੀ ਲੱਗਣ ਡਿਆ ਵਾ, ਜੇ ਆਪਾਂ ਕੁਛ ਕਹਿੰਦੇ ਦੱਸਦੀ ਕੁਛ ਵਾ। ਆਹੋ ਕੀ ਆ? ਤੇਰੀ ਤਾਂ ਵੀ ਆ, ਤਾਂ ਵੀ ਲਓ। ਇਹ ਤਾਂ ਥਾ ਬੋਲਦਾ ਨਾ, ਤੈਨੂੰ ਉਦਾਂ ਹੀ ਲੱਗਣ ਡਿਆ। ਚਾਹ ਪੀ ਲਓ ਚਾਹ। ਚਾਹ ਬੜੀ ਸ਼ਾਦੀ ਹੋ। ਚਾਹ ਦੇ ਮੰਮੀ ਨੇ ਬਣਾਈ, ਬੜੀ ਸਵਾਦ ਬਣੀ। ਮੰਮੀ ਬਣਾਈ ਹੈ? ਵੇ ਲੱਖ ਤੇਰੇ ਗਾਲੀ ਬੰਦੀ, ਮੰਮੀ ਨੇ ਬਣਾਈ ਹੈ, ਬਣਾਈ ਨੇ ਆਪੇ ਹੀ ਆ। ਮੈਂ ਤਾਂ ਪਾਣੀ ਰੱਖਿਆ ਸੀ। ਮੈਂ ਗਲਾਸੀਆਂ ਰੱਖਾਂ ਫਿਰ। ਮੰਮੀ ਮੈਨੂੰ ਲੱਗਦਾ ਨੂੰ ਉੱਚੀ ਸੁਣਦਾ ਵਾ, ਮੈਂ ਸਵੇਰੇ ਬੜੀਆਂ ਵਾਜਾਂ ਮਾਰੇ ਉੱਠੀ ਨਹੀਂ। ਚੱਲ ਕੋਈ ਨਹੀਂ ਪੁੱਤ, ਤੂੰ ਵੀ ਤਾਂ ਉਦਾਂ ਦਾ ਹੀ ਆ, ਜੇ ਉਹਨੂੰ ਉੱਚੀ ਸੁਣਦਾ ਵਾ ਚੰਗਾ ਸਗੋਂ ਕਲੇਸ਼ ਘੱਟ ਹੋਇਆ ਕਰੂਗਾ। ਉਹ ਕਿਉਂ? ਜਦੋਂ ਆਵਾਜ਼ ਨਾ ਸੁਣੋਗੀ ਤਾਂ ਲੜਾਈ ਘੱਟ ਹੋਊਗੀ। ਇਹ ਵੀ ਠੀਕ ਆ। ਹਾਂ ਪਾਪਾ ਜੀ ਮੱਝੀ ਕਹੀ ਜਾਈ ਨਾ, ਸੁਣਨਾ ਹੀ ਨਹੀਂ। ਹਾਂ ਸਹੀ ਹੈ ਸਹੀ ਹੈ, ਕਹਾਂਗੇ ਨਾ ਜ਼ਿਆਦਾ ਉਹਨੂੰ ਉੱਚੀ ਬੋਲਾਂਗੇ ਤੇ ਫਿਰ ਉਹਨੂੰ ਜ਼ਿਆਦਾ ਸੁਣ ਜਾਂਦਾ ਵਾ, ਤੇ ਸਲੋ ਸਲੋ ਬੋਲਾਂਗੇ ਤੇ ਪਤਾ ਨਹੀਂ ਲੱਗੇਗਾ। ਨਾਲੇ ਤੇਰੀ ਵੀ ਤਾਂ ਆਵਾਜ਼ ਉਦਾਂ ਦੀ ਆ ਥੋੜਾ ਜਿਹਾ, ਹੈਨਾ? ਆਹੋ ਪਰ ਮੈਨੂੰ ਸੋਹਣੀ ਬੜੀ ਲੱਗਦੀ ਆ। ਹਾਂ ਪੁੱਤ ਉਦਾਂ ਤਾਂ ਸੋਹਣੀ ਆ, ਤੂੰ ਵੀ ਤਾਂ ਸੋਹਣਾ ਵਾ, ਹੁਣ ਵਿੱਚੋਂ ਥੋੜਾ ਪਾ ਕੇ ਵੇਖਿਆ ਜਾਂਦਾ ਕਿੱਦਾਂ ਦਾ ਬੰਦਾ ਵਾ, ਹੈਨਾ? ਮੈਂ ਬਾਅਦ ਦੱਸਾਂ ਨਾ ਕਿ ਮੇਰਾ ਵਿਆਹ ਹੋ ਗਿਆ। ਚੁੱਪ ਕਰਕੇ ਬਹਿ ਜਾ ਇੱਥੇ, ਲੋਕਾਂ ਦੱਸੀ ਦਾ ਆਪ। ਲੋਕਾਂ ਸਾਡੇ ਦਿਨ ਜਿਹੜਾ ਕੋਈ ਆਉ ਘਰ ਵੇਖ ਕੇ ਜਾਊ ਨਾ, 100-200 ਰੁਪਇਆ ਦੇ ਕੇ ਜਾ। ਬਥੇਰੇ ਮੈਂ ਲੋਕਾਂ ਨੂੰ ਦੇਦੀ ਰਹੀ ਆ। ਦੱਸਣਾ ਤਾਂ ਪੈਣਾ ਹੀ ਆ। ਨਹੀਂ ਪੁੱਤ ਤਸੀਰ ਥੋੜਾ ਹੁੰਦਾ ਵਾ, ਇੰਨਾ ਮੁੱਚੇ ਹੋਣ ਦੇ ਹੀ ਹੋ। ਚੱਲ ਮਾਂ ਨਾ ਬਹਿ ਇੱਥੇ, ਇਹ ਗੱਲ ਸੁਣ। ਆ ਕਹਦੀਏ ਕਿਹੋ ਜਿਹਾ ਕੰਮ ਕਰਦਾ ਵਾ ਤੂੰ, ਉਹਨੂੰ ਵੀ ਨਾਲ ਖੇਡਣ ਦਵਣਾ? ਮੈਨੂੰ ਖੇਡਣਾ ਨਹੀਂ ਹੋਇਆ।
झाड़ू पोचा मार के वेली हुंदी है ना। चल चल ਸੋਹਣੀ ਤਾਂ ਬਹੁਤ ਆ ਤੂੰ, ਪਰ ਤੈਨੂੰ ਸੁਣਦਾ ਹੈ ਨੀ। ਉਹ ਕੀ ਗਿਆ ਸੁਣਦਾ ਨੀ ਤੈਨੂੰ ਕੁਝ ਵੀ? ਮੈਨੂੰ ਸੁਣਦਾ ਨੀ, ਮੈਨੂੰ ਸੁਣਦਾ ਵਾ ਸਾਰਾ ਕੁਛ। ਮੰਮੀ ਨੂੰ ਦੱਸਣਾ ਮੈਂ ਇੱਦਾਂ ਕਹਿੰਦਾ, ਮੈਨੂੰ ਇੱਦਾਂ ਦੱਸ ਦੇ। ਕੀ ਗਿਆ ਕਹਿੰਦੀ ਆਪਾਂ ਕੀ ਆਦੀ ਤਾਂ ਖੰਡ ਠੰਡ ਲੱਗਣ ਦੀ ਤੈਨੂੰ ਨਹੀਂ कुछ नहीं होया। मिट्टी है दाड़ी मिट्टी है ਉਦਾਂ ਕੋਈ ਕੌਂਡੀ ਆ ਕੁਰਕੌਂਡੀ ਨਾ ਦਿਨ ਆਉਣੀ ਆ ਰੁਕ ਜਾ ਮੈਂ ਇਹ ਵੀ ਕਰੀ ਜਾਂਦੀ ਹੈ। ਕੀ
ਕੀ ਹੋਇਆ ਵਾ ਮੈਂ ਨਹੀਂ ਬੋਲਣ ਦੀ ਤੇ ਨਾ ਕੀ ਹੋਇਆ ਵਾ ਕਿੰਨਾ ਮੰਮੀ ਮੇਰੇ ਨਾਲ ਪਿਆਰ ਕਰਦੀ ਸੀ ਸਵੇਰੇ ਤੇ ਇੰਨੀ ਮੇਰੀ ਇੱਜ਼ਤ ਹੀਗੀ ਇੱਥੇ ਤੂੰ ਤੇ ਬੇਇੱਜ਼ਤੀ ਕਰਾ ਕੇ ਰੱਖਤੀ ਮੇਰੀ ਮੰਮੀ ਇਦਾਂ ਕਰਦੀ ਰਹਿੰਦੀ ਆ ਉਹ ਗੁੱਥੇ ਹੁੰਦੀ ਰਹਿੰਦੀ ਆ ਹੈ ਮੰਮੀ ਗੁੱਥੇ ਨਹੀਂ ਰਹਿੰਦੀ ਆ ਗੁੱਥੇ ਗੁੱਥੇ ਸਹੀ ਬੋਲਿਆ ਕਰ ਗੁੱਸੇ ਹੁੰਦਾ ਵਾ ਨਾਲੇ ਨਾ ਇਦਾਂ ਨਾ ਕਰਿਆ ਕਰ ਮੈਨੂੰ ਨਹੀਂ ਚੰਗਾ ਲੱਗਦਾ ਤੂੰ ਤੇ ਇੱਜ਼ਤ ਹੀ ਮੇਰੀ ਘਟਾ ਕੇ ਰੱਖਤੀ ਸਾਰੀ ਠਈ ਤੇ ਬੋਲਣ ਦਿਆਂ ਤੈਨੂੰ ਨਹੀਂ ਸੁਣਦਾ ਕਿਉਂ ਨਹੀਂ ਸੁਣਦਾ ਵੇਖ ਸਾਰੇ ਕੰਨ ਸਹੀ ਆ ਮੇਰੇ ਤੇ ਮੈਂ ਠੀਕ ਬੋਲਣ ਦਿਆਂ ਮੇਰੀ ਮੰਮੀ ਇਦਾਂ ਕਰਦੀ ਹੁੰਦੀ ਆ ਕਿੱਥੋਂ ਮੇਰੇ ਜੱਬਲ ਜਾਂ ਮੇਰੇ ਪੱਲੇ ਪਾ ਕੇ ਰੱਖਤਾ ਆ ਖੇਦੀ ਜਾਂ ਮੈਂ ਨੁਕਰ ਮਿੱਟੀ ਖੇਦੀ ਨੁਕਰ ਮਿੱਟੀ ਜਾ ਕੇ ਮੰਮੀ ਨੂੰ ਆ ਲੈਂਦੇ ਫਿਰ ਮੈਂ ਪੁੱਛੂੰਗੀ ਉਹਨੂੰ ਵੀ ਆ ਕਿਦਾਂ ਦਾ ਪਰੋਣਾ ਲੱਭ ਕੇ ਦਿੱਤਾ ਈ ਨੁਕਰ ਮਿੱਟੀ ਖੇਦੀ ਨੁਕਰ ਮਿੱਟੀ ਇਹਨੂੰ ਤੁੰਦਾ ਕੁੱਕ ਨਹੀਂ ਆ ਦੇ ਚੰਗੀ ਭਲੀ ਮੈਨੂੰ ਚੰਗਾ ਭਲਾ ਵਧੀਆ ਪਰੋਣਾ ਲੱਭ ਜਾਣਾ ਹੀਗਾ ਤੂੰ ਬਹੁਤ ਮਿੱਚ ਵਾਦੋ ਆ ਕੀ ਤੁੰਦਾ ਤੂੰ ਹੈ ਨਹੀਂ ਕੀ ਦੋ ਮਜੀ ਨੂੰ ਆਖੀ ਜਾਈਏ ਟੀ ਟੀ ਲਾਈ ਆ ਉੱਚੀ ਬੋਲਿਆ ਕਰ ਮੰਮੂ ਕਰਦਾ ਰਹੀ ਨਾ ਉੱਚੀ ਬੋਲਣ ਦਿਆ ਨਹੀਂ ਮੈਂ ਤੈਨੂੰ ਕੀ ਕਿਹਾ ਸੀਗਾ ਮੈਂ ਕਿਹਾ ਸੀ ਕਿ ਤੇਰੀ ਇੱਥੋਂ ਇੱਥੋਂ ਦਾੜੀ ਇੱਥੋਂ ਲੈ ਕੇ ਇੱਦਾਂ ਦਾ ਕੱਟ ਦੇਣੀ ਆੜੀ ਇੱਦਾਂ ਦਾ ਮੁੱਛਾਂ ਰਹਿਣ ਦੇਣੀ ਅਸੀਂ ਫ੍ਰੈਂਚ ਕੱਟ ਕਹਿੰਦੇ ਉਹਨੂੰ ਉਹ ਬਣਾ ਦੇਣੀ ਨੀਲਾ ਜੱਜੀ ਵੀ ਵਰਗਾ ਲੱਗਣ ਲੱਗ ਜਾਣਾ ਸੀਗਾ ਤੈਨੂੰ ਤੇ ਉਦਾਂ ਹੀ ਬਣਾਉਣੀ ਚੁੱਡੂ ਦਾੜੀ ਮੇਰੀ ਕਿੱਡੀ ਸੋਹਣੀ ਆ ਮੈਂ ਵਿਆਹ ਤੇ ਕਲਾਈ ਨਹੀਂ ਤੋਂ ਚੰਗੀ ਨਹੀਂ ਕੱਟੀ ਇਹਨਾਂ ਇਦਾਂ ਇਦਾਂ ਕਰਕੇ ਕਟਾਉਣੀ 500 ਰੁਪਿਆ ਲਿਆ 500 ਰੁਪਿਆ 500 ਤੋਰ ਲੈ ਮੈਂ ਤੇ ਫ੍ਰੀ ਚ ਕੱਟ ਦਿਆ ਕਰਨੀ ਆ ਆ ਖੇਦੀਆ ਕੀ ਖੇਦੀਏ ਦੱਸ ਇੰਨੀ ਕੁ ਗੱਲ ਤੋਂ ਤੂੰ ਮੈਨੂੰ ਗਾਣਾ ਪਵਾ ਕੇ ਰੱਖਦੀ ਆ ਇਹਨੂੰ ਨਹੀਂ ਥੰਮਣਾ ਹੁੰਦੀ ਮੈਂ ਬਾਹਰ ਖੇਡੂ ਆਪੇ ਠੀਕ ਠਾਕ ਹੋ ਤੇ ਵੀਡੀਓ ਕਾਫੀ ਜਿਆਦਾ ਲੇਟ ਹੋ ਗਈ ਹਨਾ ਲੇਟ ਸਾਡੇ ਕਰਕੇ ਹੋਈ ਖਾਸ ਕਰਕੇ ਕਿਉਂਕਿ ਰਘਬੀਰ ਨਹੀਂ ਹੈਗੇ ਉਹਨਾਂ ਨੂੰ ਹਫ਼ਤਾ ਹੀ ਹੋ ਗਿਆ ਸੇਵਾ ਤੇ ਰੋ ਜਾਣਾ ਪੈਂਦਾ ਉਹਨਾਂ ਨੂੰ ਇਹ ਵੀ ਜ਼ਰੂਰੀ ਆ ਹਨਾ ਕਰੋ ਸੇਵਾ ਤੇ ਸਾਨੂੰ ਮਿਲੂਗਾ ਕੰਮ ਥੋੜਾ ਪਿੱਛੇ ਹੋ ਸਕਦਾ ਪਰ ਗੁਰੂ ਮਹਾਰਾਜ ਦੀ ਸੇਵਾ ਨਹੀਂ ਹਨਾ ਤੇ ਲਗਾਤਾਰ ਉਹਨਾਂ ਨੂੰ ਜਾਣਾ ਪੈਣ ਡਿਆ ਵਾ ਤੇ ਸ਼ਾਇਦ ਅਗਲੀ ਵੀਡੀਓ ਉਹਨਾਂ ਦੇ ਨਾਲ ਹੀ ਹੋਵੇ ਤੇ ਬਾਕੀ ਤੁਸੀਂ ਆਪਣੀ ਤੇ ਬਥੇਰੀ ਕੋਸ਼ਿਸ਼ ਕੀਤੀ ਵੀ ਨਹੀਂ ਹਰ ਇੱਕ ਵੀਡੀਓ 'ਚ ਲੈ ਕੇ ਆਉਣਾ ਨਹੀਂ ਵਿਆਹ ਤੇ 1 ਤਰੀਕ ਦਾ ਆਖਿਆ ਪਰ 1 ਤਰੀਕ ਤੋਂ ਲੇਟ ਹੋ ਗਿਆ ਲੇਟ ਹੋ ਗਿਆ ਹੈ ਲੇਟ ਹੋ ਗਿਆ ਵਿਆਹ ਤੇ ਇਹਦੇ ਵਾਸਤੇ ਸਾਡੇ ਇਹੀ ਖਿਮਾ ਮੰਗਦੇ ਆ ਸਾਨੂੰ ਮਾਫੀ ਦੇ ਦਿਓ ਗਲਤੀ ਹੋ ਗਈ ਹੈ ਸਾਡੀ ਹੁਣ ਜ਼ਿਆਦਾ ਡੇ ਹੈ ਨਾ ਜ਼ਿਆਦਾ ਹੋਣ ਡੇ ਤੇ ਸਾਡੀ ਆ ਚਾਚੀ ਜੀ ਆ ਰਘਬੀਰ ਦੇ ਆ ਨਿੱਕੀ ਚਾਚੀ ਜੀ ਆ ਇਹਨਾਂ ਦੀ ਐਕਟਿੰਗ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਹੱਡੀ ਕਿੱਦਾਂ ਦੀ ਲੱਗਦੀ ਮਾੜੇ ਮੋਟੇ ਕਮੈਂਟ ਕਰਕੇ ਦੱਸਿਆ ਕਰੋ ਹਨਾ ਕਮੈਂਟ ਕਰਕੇ ਹਰ ਇੱਕ ਚੀਜ਼ ਦਾ ਵੀ ਚੰਗਾ ਲੱਗਦਾ ਠੀਕ ਵਾ ਨਹੀਂ ਚੰਗਾ ਲੱਗਦਾ ਤਾਂ ਵੀ ਦੱਸਿਆ ਕਰੋ ਸਾਨੂੰ ਹੀ ਆਪਣਾ ਕਰੀਏ ਦੱਸਦਾਰ ਕਰੀਏ ਹਾਂ ਤੇ ਜੇ ਵਧੀਆ ਵੀਡੀਓ ਲੱਗਦੀ ਲਾਈਕ ਕਰਿਆ ਕਰੋ ਤੇ ਜੇ ਨਹੀਂ ਵਧੀਆ ਲੱਗਦੀ ਡਿਸਲਾਈਕ ਵੀ ਕਰਿਆ ਕਰੋ ਹਨਾ ਕੋਈ ਵੱਡੀ ਗੱਲ ਨਹੀਂ ਆ ਜੇ ਆਪਣੀ ਆਪਣੀ ਹਰ ਬੰਦੇ ਦੀ ਪਸੰਦ ਹੈ ਜ਼ਬਰਦਸਤੀ ਥੋੜਾ ਜ਼ਬਰਦਸਤੀ ਨਹੀਂ ਹੈਗੀ ਤੇ ਚਲੋ ਠੀਕ ਹੈ ਅਗਲੀ ਵੀਡੀਓ ਚ ਰਘਬੀਰ ਹੋਣਗੇ ਮੈਂ ਵੀ ਹੋਊਂਗੀ ਐਰਕਾ ਦੀ ਵੀਡੀਓ ਚ ਥੋੜਾ ਜਿਹਾ ਸ਼ੇਅਰ ਵੀ ਕਰਿਆ ਕਰੋ ਤਾਂ ਹੀ ਸਾਡਾ ਚੈਨਲ ਜਿਹੜਾ ਗਰੋ ਕਰੂਗਾ ਹਾਂ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੇ ਇਹ ਕਿੱਦਾਂ ਦੀ ਵੀਡੀਓ ਤੁਹਾਨੂੰ ਲੱਗੀ ਇਹ ਵੀ ਜ਼ਰੂਰ ਦੱਸਿਓ ਕਿਉਂਕਿ ਇਹ ਕੁਛ ਅਲੱਗ ਜੀ ਹੈ ਨਾ ਸਾਰਿਆਂ ਨਾਲੋਂ ਵੀਡੀਓ ਤੇ ਇਹ ਮੈਂ ਸਾਡੇ ਚੈਨਲ ਤੇ ਲਗਾਤਾਰ ਮਤਲਬ ਜੇ ਅਸੀਂ ਸੋਚਦੇ ਆ ਨਾ ਕਮੇਡੀ ਵੀਡੀਓ ਕਮੇਡੀ ਦੇ ਵਿੱਚ ਜਾਂ ਤਾਂ ਮਤਲਬ ਕੋਈ ਨਾ ਕੋਈ ਕਮੀ ਦਿਖਾ ਕੇ ਫੇਰ ਹੀ ਹਨਾ ਜਾਂ ਜਿੱਦਾਂ ਗੂੰਗੀ ਬਣ ਗਈ ਕਿਸਮਤ ਹੀਗੀ ਕੁਛ ਨਾ ਕੁਛ ਏਦਾਂ ਦੀਆਂ ਚੀਜ਼ਾਂ ਮਤਲਬ ਕਰਕੇ ਤੇ ਇਹ ਜਿਹੜੀਆਂ ਵਾ ਕਈ ਵਾਰੀ ਸਾਨੂੰ ਵੀ ਲੱਗਦਾ ਵਾ ਕਿ ਸੇਮ ਸੇਮ ਹੀ ਸੀਰੀਜ਼ ਜੀਆਂ ਚੱਲੀ ਜਾਂਦੀਆਂ ਆ ਬਟ ਫੇਰ ਅਸੀਂ ਕਹਿੰਦੇ ਹਾਂ ਕਿ ਸੀਰੀਅਸ ਮੈਟਰ ਵੀ ਹੈਗੇ ਆ ਕਾਫੀ ਜ਼ਿਆਦਾ ਸਾਡੇ ਕੋਲ ਬਟ ਆਹੀ ਵਿੱਚ ਭਾਜੀ ਵੀਰ ਜੀ ਉਹਨਾਂ ਨੇ ਜਾਣਾ ਸੀਗਾ ਸੇਵਾ ਤੇ ਉਹਦੇ ਲਈ ਅਸੀਂ ਸੋਚਿਆ ਕਿ ਚੱਲ ਇਹਦੇ ਵਿੱਚ ਤਾਂ ਇੱਧਰ ਉੱਧਰ ਹੋ ਜਾਂਦਾ ਹੈ ਬੰਦਾ ਦੁੱਖ ਅੱਗੇ ਬੜੇ ਦੁਨੀਆਂ ਦੇ ਹੈਗੇ ਥੋੜੀ ਸੀਰੀਅਸ ਜੀ ਵੀਡੀਓ ਹੁਣ ਵੀ ਅਸੀਂ ਜਦੋਂ
अपना ही दस दे एक्सपीरियंस है ना जिद कोई वेख दे कुछ भी मतलब ओ दिखा दिने ना मतलब सीरियस जा मैटर खुद ही मतलब रोन वाला हो जाता है मन भारा भारा जा दुखी जा एक अपने घर दिया टेंशन एक उपरो वीडियो वेख के हो टेंशन ले ली दी टेंशन को लैनी मेनू तो बड़ी खुशी है पुत मेरा जब बोली लगी चलो ठीक है।